ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਮੀਤ ਸੰਧੂ। ਨਿਊ ਪੰਜਾਬ ਟੂਡੇ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ। ਸੋ ਦੋਸਤੋ, ਹਰੇਕ ਹਫ਼ਤੇ ਤੁਹਾਨੂੰ ਅਸੀਂ ਨਵੇਂ ਤੋਂ ਨਵੇਂ ਮੇਲੇ ਦੇ ਦਰਸ਼ਨ ਕਰਾਉਂਦੇ ਹਾਂ। ਸੋ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਧਾਰਮਿਕ ਸਥਾਨ ਦੇ ਦਰਸ਼ਨ ਕਰਾਉਣ ਦੀ। ਸੋ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਧੰਨ ਧੰਨ ਬਾਬਾ ਸ਼ੇਰ ਸ਼ਾਹ ਵਾਲੀ ਦੇ ਦਰਬਾਰ ਦਰਸ਼ਨ ਕਰਾਉਣ ਦੀ। ਸੋ ਆਓ ਕਰਾਉਂਦੇ ਹਾਂ ਜੀ ਤੁਹਾਨੂੰ ਦਰਸ਼ਨ ਧੰਨ ਧੰਨ ਬਾਬਾ ਸ਼ੇਰ ਸ਼ਾਹ ਵਾਲੀ ਦੇ ਦਰਬਾਰ ਦੇ। ਇਸ ਦਰਬਾਰ ਦੀ ਇਮਾਰਤ ਅਤਿ ਸੁੰਦਰ ਬਣੀ ਹੋਈ ਹੈ। ਦਰਬਾਰ ਵਿੱਚ ਵੜਦਿਆਂ ਹੀ ਬਾਹਰਲੇ ਪਾਸੇ ਸ਼ੇਰ ਦੀ ਮੂਰਤੀ ਬਹੁਤ ਹੀ ਖੂਬਸੂਰਤ ਨਜ਼ਰ ਆਉਂਦੀ ਹੈ। ਹਰ ਵੀਰਵਾਰ ਦੇ ਵੀਰਵਾਰ ਇੱਥੇ ਬਹੁਤ ਹੀ ਭੀੜ ਹੁੰਦੀ ਹੈ। ਸੰਗਤਾਂ ਦਰਸ਼ਨ ਕਰਨ ਦੇ ਲਈ ਬਹੁਤ ਦੂਰ ਦੂਰ ਤੋਂ ਪਹੁੰਚਦੀਆਂ ਹਨ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਇਸ ਦਰਬਾਰ ਦੇ ਅੰਦਰ ਡਿਸਪੈਂਸਰੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਬਾਹਰਲੇ ਪਾਸੇ ਸੜਕ ਵਾਲੀ ਸਾਈਡ ਦੁਕਾਨਾਂ ਬਹੁਤ ਸੁੰਦਰ ਤਰੀਕੇ ਦੇ ਨਾਲ ਲਗਾਈਆਂ ਜਾਂਦੀਆਂ ਹਨ। ਆਈਆਂ ਹੋਈਆਂ ਸੰਗਤਾਂ ਇਹਨਾਂ ਦੁਕਾਨਾਂ ਤੋਂ ਆਪਣਾ ਸਮਾਨ ਖਰੀਦਦੀਆਂ ਹਨ ਅਤੇ ਨਾਲ ਹੀ ਲੰਗਰ ਹਾਲ ਬਹੁਤ ਸੋਹਣਾ ਬਣਿਆ ਹੋਇਆ ਹੈ ਅਤੇ ਇਸ ਵਿੱਚ ਸੰਗਤਾਂ ਆ ਕੇ ਲੰਗਰ ਛਕਦੀਆਂ ਹਨ। ਦਰਬਾਰ ਦੇ ਵਿੱਚ ਸੇਵਾਦਾਰਾਂ ਦੀ ਭੂਮਿਕਾ ਬੜੇ ਸੋਹਣੇ ਢੰਗ ਨਾਲ ਨਿਭਾਈ ਜਾਂਦੀ ਹੈ। ਪੀਣ ਵਾਲਾ ਪਾਣੀ ਅਤੇ ਨਹਾਉਣ ਵਾਸਤੇ ਵਾਸ਼ਰੂਮ ਬੜੇ ਸੁੰਦਰ ਨਜ਼ਰ ਆਉਂਦੇ ਹਨ। ਦਰਬਾਰ ਦੇ ਅੰਦਰ ਬਹੁਤ ਸੋਹਣਾ ਦਫ਼ਤਰ ਬਣਿਆ ਹੋਇਆ ਹੈ। ਅਸੀਂ ਦਰਬਾਰ ਦੇ ਮੈਨੇਜਰ ਨਾਲ ਕੁਛ ਗੱਲਾਂ ਬਾਤਾਂ ਦੀ ਕੁਛ ਵਿਚਾਰ ਸਾਂਝੇ ਕੀਤੇ, ਆਓ ਸੁਣਾਉਂਦੇ ਹਾਂ ਤੁਹਾਨੂੰ। ਨਿਊ ਪੰਜਾਬ ਟੂਡੇ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਤੁਹਾਡਾ ਰਿਪੋਰਟਰ ਮੀਤ ਸੰਧੂ। ਸੋ ਅੱਜ ਅਸੀਂ ਪਹੁੰਚੇ ਹਾਂ ਜੀ ਫਿਰੋਜ਼ਪੁਰ ਕੈਂਟ ਵਿਖੇ, ਜਿੱਥੇ ਕਿ ਬਹੁਤ ਫੇਮਸ ਦਰਬਾਰਾਂ ਵਿੱਚੋਂ ਦਰਬਾਰ, ਬਹੁਤ ਦਰਬਾਰ ਤੁਸੀਂ ਦੇਖੇ ਹੋਣਗੇ। ਬਾਕੀ ਇਸ ਧਰਤੀ ਉੱਤੇ ਕਿਸੇ ਚੀਜ਼ ਦਾ ਕੋਈ ਅੰਤ ਨਹੀਂ ਬਣਾਇਆ। ਪਰਮਾਤਮਾ ਦਾ ਨਾਮ ਲੈਣ ਵਾਸਤੇ ਹਰੇਕ ਦਰਬਾਰ, ਹਰੇਕ ਗੁਰਦੁਆਰਾ ਬਣਿਆ ਜੀ। ਇੱਥੇ ਦਰਬਾਰ ਬਣਿਆ ਜੀ ਪੀਰ 11ਵੀਂ ਕਾਦਰੀ ਪੀਰ ਬਾਬਾ ਸ਼ੇਰ ਸ਼ਾਹ ਵਾਲੀ ਜੀ ਦਾ ਦਰਬਾਰ, ਬਹੁਤ ਸੁੰਦਰ ਦਰਬਾਰ ਬਣਿਆ ਹੋਇਆ। ਇੱਥੋਂ ਦਾ ਲੰਗਰ ਹਾਰ ਦੀ ਕਵਰੇਜ ਕੀਤੀ ਹੈ, ਹਰੇਕ ਚੀਜ਼ ਦੀ ਕਵਰੇਜ ਅਸੀਂ ਤੁਹਾਨੂੰ ਦਿਖਾਵਾਂਗੇ। ਅੱਜ ਸਾਡੇ ਨਾਲ ਵੀਰ ਜੀ ਹੁਣੇ ਆਫਿਸ ਦੇ ਵਿੱਚ ਅਸੀਂ ਇਹਨਾਂ ਦੇ ਬੈਠੇ ਹਾਂ। ਇਹਨਾਂ ਕੋਲ ਪੁੱਛਦੇ ਹਾਂ, ਇੱਥੋਂ ਦੇ ਮੈਨੇਜਰ ਨੇ ਇਹਨਾਂ ਨੇ ਗੱਲਬਾਤ ਕਰਦੇ ਹਾਂ, ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇਸ ਤੋਂ ਬਾਅਦ ਦੇ ਨਾਲ ਜੁੜਿਆ ਨੂੰ। ਭਾਅ ਜੀ ਸਵਾਗਤ ਹੈ ਜੀ ਤੁਹਾਡਾ ਨਿਊ ਪੰਜਾਬ ਟੂਡੇ ਵਿੱਚ। ਮੈਂ ਅਸ਼ੋਕ ਕੁਮਾਰ, ਬਾਬਾ ਸ਼ੇਰ ਸ਼ਾਹ ਤੋਂ ਮੈਨੇਜਰ ਹਾਂ। ਮੈਂ 1992 ਨਾਲ ਜੁੜਿਆ ਜੀ। ਇਹ ਉਦੋਂ ਜਦੋਂ ਮੁਹੰਮਦ ਮੁਸਤਫਾ ਇੱਥੇ SSP ਸੀ, ਉਹਨਾਂ ਨੇ ਟਰੱਸਟ ਬਣਾਇਆ ਸੀ ਬਾਬਾ ਸ਼ੇਰ ਸ਼ਾਹ ਪੁਲਿਸ ਪਬਲਿਕ ਵੈਲਫੇਅਰ ਟਰੱਸਟ। ਉਹਦੇ 'ਚ ਉਹਨਾਂ ਨੇ ਸ਼ਹਿਰ ਸ਼ੋਣੀ ਦੇ ਮੈਂਬਰ ਲਿੱਤੇ ਸੀ, ਮੈਨੂੰ ਲਿੱਤਾ ਸੀ ਮੈਨੇਜਰ। ਇਸ ਗੱਲ ਨੂੰ 26 ਸਾਲ ਹੋ ਚੱਲਿਆ ਜੀ, 26 ਸਾਲ ਤੋਂ ਟਰੱਸਟ ਚਲਾ ਰਿਹਾ। ਇਹਦੇ ਡਿਸਪੈਂਸਰੀ ਹੈ, ਲੰਗਰ ਹਾਲ ਹੈ, ਅਕੈਡਮੀ ਬਣਾਈ ਹੈ ਬੱਚਿਆਂ ਦੀ, ਸਟੇਡੀਅਮ ਨਹਿਰੂ ਸਟੇਡੀਅਮ 'ਚ। ਉੱਥੇ ਗਰੀਬ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਡਾਇਟ ਦਿੰਦੇ ਹਾਂ। ਉਹ ਬੱਚੇ ਉੱਥੇ ਡੇਲੀ ਕੋਚ ਲਾਇਆ ਜਿਹੜਾ NRS ਵਾਲਾ, ਉਹ ਉੱਥੇ ਡੇਲੀ ਉਹਨਾਂ ਨੂੰ ਸਿਖਾਉਂਦਾ, ਕੋਚਿੰਗ ਦਿੰਦਾ ਉਹਨਾਂ ਨੂੰ, ਬੱਚਿਆਂ ਨੂੰ। ਹੋਰ ਇਹ ਟਰੱਸਟ ਬੜਾ ਭਲੇ ਕੰਮ ਕਰਦਾ। ਔਰ ਵੀਰਵਾਰ ਨੂੰ ਬਾਬਾ ਜੀ ਦਾ ਇੱਥੇ ਮੇਲਾ ਹੁੰਦਾ ਜੀ, ਔਰ ਅਕਤੂਬਰ ਦੇ ਪਹਿਲੇ ਹਫ਼ਤੇ ਬਾਬਾ ਜੀ ਦਾ ਸਲਾਨਾ ਮੇਲਾ ਹੁੰਦਾ। ਉਹਦੇ 'ਚ ਕੁਆਲੀਆਂ ਵਗੈਰਾ ਇੱਥੇ ਅਸੀਂ ਬੁਲਾਉਂਦੇ ਹਾਂ, ਬਾਹਰੋਂ ਦੇਸ਼ ਵਿਦੇਸ਼ ਤੋਂ ਕੁਆਲ ਆਉਂਦੇ ਨੇ। ਇਸ ਵਾਰੀ ਨੂਰਾ ਸਿਸਟਰ ਨੂੰ ਬੁਲਾਇਆ, 4 ਅਕਤੂਬਰ ਬਾਬੇ ਦਾ ਮੇਲਾ ਹੈਗਾ ਜੀ, ਬੜੀ ਧੂਮਧਾਮ ਮਨਾਉਣਾ ਜੀ। ਅਤੇ ਬੜੀ ਬੜੀ ਦੂਰੋਂ ਸੰਗਤਾਂ ਆਉਂਦੀਆਂ ਨੇ ਬਾਬਾ ਜੀ ਦੇ ਮੱਥਾ ਟੇਕਣ ਵਾਸਤੇ। ਲਓ ਜੀ, ਬੜੀ ਸੋਹਣੇ ਵਿਚਾਰਾਂ ਦੇ ਨਾਲ ਇਹਨਾਂ ਦੱਸਿਆ ਵੀ ਇੱਥੋਂ ਦੇ ਦਰਬਾਰ ਦੀ ਮਾਨਤਾ ਬਹੁਤ ਹੈ ਔਰ ਵੀਰਵਾਰ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਸੰਗਤ ਇੱਥੋਂ ਦੀ ਜਿਹੜੀ ਵੀ ਸੰਗਤ ਆਉਂਦੀ ਹੈ ਉਹ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੀ ਹੈ। ਫਕੀਰਾਂ ਦੇ ਦਰਬਾਰ 'ਤੇ ਜਿਹੜਾ ਵੀ ਆਉਂਦਾ ਝੋਲੀਆਂ ਭਰ ਕੇ ਜਾਂਦਾ, ਕਦੀ ਵੀ ਇਸ ਦਰਬਾਰ ਤੋਂ ਕੋਈ ਖਾਲੀ ਨਹੀਂ ਮੁੜ ਸਕਿਆ। ਇਹ ਗੱਲ ਵਿਸ਼ਵਾਸ ਦੀ ਹੁੰਦੀ ਹੈ, ਸ਼ਰਧਾ ਦੀ ਗੱਲ ਹੁੰਦੀ ਹੈ। ਜਿਨ ਕੋ ਪੱਥਰ ਪੇ ਹੈ ਭਰੋਸਾ, ਉਹ ਪੱਥਰ ਹੀ ਪੂਜਦੇ ਹੈ। ਜਿਨ ਕੀ ਅਕਲ ਪੇ ਹੋ ਪੱਥਰ, ਉਹਨੂੰ ਪੱਥਰ ਹੀ ਸੋਚਦੇ ਹੈ। ਸੋ ਗੱਲ ਵੀਰੋ ਵਿਸ਼ਵਾਸ ਦੀ ਹੁੰਦੀ ਹੈ, ਗੱਲ ਯਕੀਨ ਦੀ ਹੁੰਦੀ ਹੈ। ਜਦੋਂ ਵੀ ਕਿਸੇ ਦਰਬਾਰ 'ਤੇ ਜਾਂਦੇ ਹਾਂ ਸਭ ਤੋਂ ਪਹਿਲਾਂ ਵਿਸ਼ਵਾਸ ਰੱਖਣਾ ਪੈਂਦਾ। ਭਾਅ ਜੀ ਹੋਰਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਦੱਸਿਆ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਵੀ ਇਸ ਦਰਬਾਰ ਦੀ ਮਾਨਤਾ ਕਦੋਂ ਤੋਂ ਹੋਣ ਲੱਗੀ, ਇਹਦੇ ਬਾਰੇ ਥੋੜ੍ਹਾ ਸਾਨੂੰ ਦੱਸੋ। ਦੇਖੋ ਜੀ, ਮਾਨਤਾ ਤਾਂ ਬਾਬਾ ਜੀ ਦੀ ਬਹੁਤ ਪੁਰਾਣੀ ਹੈ ਜੀ। 1947 ਦੀ ਜਦੋਂ ਲੜਾਈ ਇੱਥੇ 10 ਦਿਨ ਪੁਰਾਣੇ ਬਜ਼ੁਰਗ ਉਦੋਂ ਜਦੋਂ ਇਹ ਲੜਾਈ ਲੱਗੀ ਜਦੋਂ ਜਾਂਦੇ ਸੀ ਅਤੇ ਉਹ ਇੱਥੇ ਦੀਵਾ ਬਲਦਾ ਬਾਬਾ ਜੀ ਦੇ, ਉਹ ਅਤੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਸੀ ਇੱਥੇ।
ਵੀ ਇੱਥੇ ਕੋਈ ਕੋਈ ਨੁਕਸਾਨ ਨਹੀਂ ਹੋਇਆ, ਨਾ 1965 ਦੀ ਲੜਾਈ 'ਚ, ਨਾ 1971 ਲੜਾਈ 'ਚ, ਨਾ 1947 ਲੜਾਈ 'ਚ ਹੋਇਆ ਜੀ। ਅਤੇ ਬੜਾ ਵਧੀਆ ਸ਼ਾਂਤਮਈ ਨਾਲ ਇੱਥੇ ਬਾਬਾ ਜੀ ਦੇ ਦਰਬਾਰ ਇੱਥੇ ਚੱਲਦਾ ਪਿਆ ਉਦੋਂ ਦਾ ਜੀ। ਲਓ ਜੀ, ਇਹਨਾਂ ਨੇ ਬੜੇ ਸੋਹਣੇ ਵਿਚਾਰਾਂ ਦੇ ਨਾਲ ਦੱਸਿਆ ਵੀ ਜਦੋਂ ਜੰਗ ਲੱਗੀ ਸੀ ਉਦੋਂ ਇੱਥੇ ਦਰਬਾਰ 'ਤੇ ਇੱਕ ਦੀਵਾ ਜੋਤ ਜਗਦੀ ਸੀ, ਉਹ ਕਿਸੇ ਹੋਰ ਨੂੰ ਨਹੀਂ ਦਿਸਦੀ ਸੀ। ਬੜੇ ਸੋਹਣੇ ਵਿਚਾਰਾਂ ਦੇ ਨਾਲ ਦੱਸਿਆ। ਅੱਛਾ ਭਾਜੀ, ਤੁਸੀਂ ਮੈਨੂੰ ਇਹ ਦੱਸੋ, ਜਿਹੜਾ ਮੇਲਾ ਕਰਵਾਉਂਦੇ ਹੋ ਤੁਸੀਂ, ਇਸ ਮੇਲੇ ਦੇ ਵਿੱਚ ਸੰਗਤ ਦਾ ਔਰ ਨਾਲ ਦੇ ਪਿੰਡਾਂ ਦਾ, ਸ਼ਹਿਰਾਂ ਵਾਲਿਆਂ ਦਾ ਕਿੰਨਾ ਕੁ ਸਹਿਯੋਗ ਹੁੰਦਾ ਜੀ? ਸੰਯੋਗ, ਵਾਧੂ ਸੰਯੋਗ ਹੁੰਦਾ ਜੀ। ਆਉਂਦੇ ਨੇ, ਮੱਥਾ ਟੇਕਦੇ ਨੇ, ਇੱਥੇ ਲੰਗਰ ਲਾਉਂਦੇ ਨੇ, ਅਗਲੇ ਲੰਗਰ ਜੋ ਉਹਨਾਂ ਦੀ ਮੁਰਾਦਾਂ ਪੂਰੀ ਹੁੰਦੀਆਂ ਨੇ ਉਹ ਉਵੇਂ ਵਿਚਾਰੇ ਕਰਦੇ ਸਾਰਾ। ਲਓ ਜੀ, ਬੜੇ ਸੋਹਣੇ ਵਿਚਾਰਾਂ ਦੇ ਨਾਲ ਦੱਸਿਆ ਵੀ ਜਦੋਂ ਵੀ ਇਸ ਦਰਬਾਰ 'ਤੇ ਕੋਈ ਵੀ ਇਨਸਾਨ ਆਉਂਦਾ ਤਾਂ ਉਹ ਝੋਲੀਆਂ ਭਰ ਕੇ ਜਾਂਦਾ, ਔਰ ਇਸ ਮੇਲੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਨਾਲ ਦੇ ਪਿੰਡਾਂ ਦਾ ਹੁੰਦਾ, ਔਰ ਸ਼ਹਿਰ ਵਾਸੀਆਂ ਦਾ ਵੀ ਹੁੰਦਾ, ਫਿਰੋਜ਼ਪੁਰ ਕੈਂਟ ਵਾਸੀਆਂ ਦਾ ਵੀ ਹੁੰਦਾ। ਔਰ ਤੁਸੀਂ ਇਹ ਦੱਸੋ ਵੀ ਜਦੋਂ ਲੰਗਰ ਦੇ ਵਿੱਚ ਸੇਵਾ ਦਾ ਯੋਗਦਾਨ ਕਿੰਨਾ ਕੁ ਹੁੰਦਾ ਮਾਤਾਵਾਂ ਭੈਣਾਂ ਦਾ? ਬਹੁਤ ਜ਼ਿਆਦਾ ਹੁੰਦਾ ਜੀ, ਅਣਗਿਣਤ ਹੈ ਜੀ। ਲੰਗਰ ਦਾ ਕੋਈ ਹਿਸਾਬ ਹੀ ਹੈ ਨਹੀਂ ਜੀ, ਸਾਰਾ ਦਿਨ ਲੰਗਰ ਚੱਲਦਾ, ਸਾਰਾ ਰਾਹ ਚੱਲਦਾ ਲੰਗਰ ਜੀ। ਸੋ ਦੋਸਤੋ, ਇਹ ਦੱਸਣਯੋਗ ਗੱਲ ਹੈ ਕਿ ਇੱਥੋਂ ਦੀ ਜਿਹੜੀ ਟਰੱਸਟ ਬਣੀ ਹੋਈ ਹੈ, ਭਾਜੀ ਦੱਸੋ ਟਰੱਸਟ ਦੇ ਵਿੱਚ ਕਿੰਨੇ ਕੋਈ ਇਨਸਾਨ ਨੇ ਇਹਦੇ ਵਿੱਚ, ਦੱਸੋ। ਇਹਦੇ 'ਚ SSP ਸਾਹਿਬ ਸਾਡੇ ਜਿਹੜੇ ਆਪਣੇ ਸਰਦਾਰ ਪ੍ਰੀਤਮ ਸਿੰਘ ਜੀ, ਜੋ ਇਸ ਟਾਈਮ ਮੌਜੂਦਾ SSP ਨੇ, ਉਹ ਇਸ ਟਰੱਸਟ ਦੇ ਚੇਅਰਮੈਨ ਹੈ ਜੀ। SP ਹੈਡਕੁਆਰਟਰ ਸਾਹਿਬ ਸੈਕਟਰੀ ਨੇ, ਮੈਂਬਰ ਨੇ ਸਰਦਾਰ ਗੁਰਨੈਪ ਸਿੰਘ ਬਰਾੜ ਜੀ, SML ਨੇ, ਜਵੇਦ ਅਖਤਰ ਹੈ ਜੀ, ਮਨਜੀਤ ਸੋਢੀ ਹੈ ਜੀ, ਅਨਿਰੁੱਧ ਗੁਪਤਾ ਜੀ ਹੈ ਜੀ, ਇਹ ਸਾਰੇ ਬਾਬਾ ਜੀ ਦੇ ਮੈਂਬਰ ਨੇ। ਅਤੇ ਉਹ ਇਹ ਸਾਰਾ ਦੇਖਭਾਲ ਸਾਰਾ ਉਹਨਾਂ ਦੀ ਨਿਗਾਹ 'ਚ ਹੈ ਜੀ, ਸਾਰਾ ਕੁਛ ਉਹ ਕਰਵਾਉਂਦੇ ਜੀ। ਠੀਕ ਹੈ, ਹੋਰ ਬੜੇ ਇੱਥੇ ਮੈਂਬਰ ਬਣੇ ਦੇ ਚਾਹਵਾਨ ਹੈ ਜੀ ਅਸੀਂ। ਥੈਂਕ ਯੂ ਜੀ, ਬਹੁਤ ਸੋਹਣੇ ਵਿਚਾਰਾਂ ਦੇ ਨਾਲ ਇਹਨਾਂ ਦੱਸਿਆ ਵੀ ਇੱਥੋਂ ਜਿਹੜੀ ਟਰੱਸਟ ਹੈ ਇਹਦੇ ਮੈਂਬਰ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ, ਬਹੁਤ ਸੋਹਣੀ ਟਰੱਸਟ ਚਲਾ ਰਹੇ ਨੇ। ਸੋ ਇੱਦਾਂ ਦੇ ਸਾਨੂੰ ਕਾਰਜ ਕਰਨੇ ਚਾਹੀਦੇ ਆ ਜਿਹਨਾਂ ਨਾਲ ਕਿ ਇੱਕ ਟਰੱਸਟ, ਇੱਕ ਗੁਰਦੁਆਰਾ ਔਰ ਇੱਕ ਮਸਜਿਦ ਦਾ ਜਿਹੜਾ ਨਾਮ ਉੱਚਾ ਹੋ ਸਕੇ। ਅੱਛਾ, ਮੈਨੂੰ ਦੱਸੋ ਵੀਰਵਾਰ ਵਾਲੇ ਦਿਨ ਇੱਥੇ ਕਿੰਨਾ ਕੁ ਰਸ਼ ਹੁੰਦਾ ਜਦੋਂ ਸੰਗਤ ਆਉਂਦੀ ਹੈ ਮੱਥਾ ਟੇਕਣ ਦੇ ਲਈ? ਇਹ ਤਾਂ ਭਾਈ ਸਾਹਿਬ, ਰਸ਼ ਦੀ ਕੋਈ ਕਮੀ ਨਹੀਂ ਜੀ, ਇਹ ਤਾਂ ਆਪਾਂ ਅਣਗਿਣਤ ਹੀ ਹੈ ਜੀ। ਸ਼ਾਮ ਤਾਂ ਲੈਣਾ ਲੰਬੀ ਨਹੀਂ ਮਿਲਦੀ, ਅੱਧਾ ਪੌਣਾ ਘੰਟੇ ਬਾਅਦ ਬੰਦੇ ਦੀ ਮੱਥਾ ਟੇਕਣ ਵਾਰੀ ਆਉਂਦੀ ਜੀ। ਕੋਈ ਇੱਥੇ ਕੋਈ ਉਹ ਨਹੀਂ ਗਾ ਜੀ, ਮਤਲਬ ਵੀ ਰਸ਼ ਦੀ ਕੋਈ ਇੱਥੇ ਵੀ ਅਣਗਿਣਤੀ ਹੈ ਜੀ। ਸੋਹਣੇ ਵਿਚਾਰਾਂ ਦੇ ਨਾਲ ਦੱਸਿਆ ਵੀ ਇੱਥੋਂ ਦੇ ਜਦੋਂ ਵੀਰਵਾਰ ਵਾਲੇ ਦਿਨ ਬਾਬਾ ਜੀ ਦੇ ਦਰਬਾਰ 'ਤੇ ਵੀਰਵਾਰ ਆਉਂਦਾ ਅਤੇ ਔਰ ਬਹੁਤ ਸਾਰੇ ਕਵਾਲ, ਬਹੁਤ ਸਾਰਾ ਪ੍ਰੋਗਰਾਮ ਕਰਦੇ ਨੇ ਸ਼ਾਮ ਨੂੰ, ਔਰ ਸੰਗਤ ਨਤਮਸਤਕ ਹੋਣ ਲਈ ਬਹੁਤ ਦੂਰ ਦੂਰ ਤੋਂ ਪਹੁੰਚਦੀ ਹੈ, ਔਰ ਰਸ਼ ਬਹੁਤ ਹੁੰਦਾ, ਭੀੜ ਬਹੁਤ ਹੁੰਦੀ ਹੈ। ਸੋ ਇੱਦਾਂ ਦੇ ਦਰਬਾਰਾਂ ਦੀ ਕਵਰੇਜ ਅਸੀਂ ਕਰਦੇ ਰਹਿੰਦੇ ਹਾਂ। ਸੋ ਅਗਲੀ ਕਵਰੇਜ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ। ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਨਿਊ ਪੰਜਾਬ ਟੂਡੇ। ਮੈਂ ਹਾਂ ਤੁਹਾਡਾ ਰਿਪੋਰਟਰ ਮੀਤ ਸੰਧੂ, ਕੈਮਰਾ ਪਰਸਨ ਨੂਰ ਜੋਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।